下单，聊聊。小哥ਤੁਸੀਂ ਵੀ ਸ਼ਕੋ ਖਾਸਾ ਜੀ ਸ਼ਕੇ ਠੀਕ ਠੀਕ ਹੈ ਪਿਆਰਿਓ ਦੀ ਸਵਾਦ ਹੈ ਤੁਸੀਂ ਕਹਿੰਦੇ ਰੋਟੀ ਸਵਾਦ ਨਹੀਂ ਹੋਣੀ ਹੈ ਤੁਹਾਨੂੰ ਕੀ ਖਿਲਾਤਾ ਮੈਂ ਖਾਊਂਗਾ ਨਹੀਂ ਹੈ ਆਪਾਂ ਤੁਹਾਡੀ ਰੋਟੀ ਖਾਧੀ ਆ ਹਨਾ ਰੋਟੀ ਦਾ ਹੁਣ ਬਦਲਾ ਨਹੀਂ 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 ਰੋਟੀ ਦੇ ਬਦਲੇ ਆਪਾਂ ਤੁਹਾਨੂੰ ਹੁਣ ਰਿਕਸ਼ਾ ਦੇਣਾ ਵਾ ਠੀਕ ਹੈ ਜੀ ਤੁਹਾਡਾ ਗੁਰੂ ਬੜਾ ਬੇਅੰਤ ਹੈ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਸਿੰਘ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਬੜੇ ਬੇਅੰਤ ਆ ਜਿਨ੍ਹਾਂ ਨੇ ਤੁਹਾਡੇ ਲਈ ਮੈਨੂੰ ਭੇਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਮਾਫੀ ਚਾਹੁੰਦਾ ਮੈਂ ਲੇਟ ਹੋ ਗਿਆ ਥੋੜਾ ਜਿਹਾ ਘਰੇ ਕੰਮ ਸੀ ਕੋਈ ਗੈਸਟ ਆਏ ਸੀ ਮੈਂ ਤਾਂ ਕਰਕੇ ਲੇਟ ਹੋ ਗਿਆ ਹੋਰ ਪਿਆਰਿਓ ਠੀਕ ਹੈ ਚੜ੍ਹਦੀ ਕਲਾ ਵਾਹਿਗੁਰੂ ਸਾਹਿਬ ਵਾਹਿ ਫਤਿਹ ਜੀ ਖਾਣਾ ਪੀਣਾ ਖਾ ਲਿਆ ਨੀ ਖਾਧਾ ਰਿਕਸ਼ਾ ਦੇਖ ਲਿਆ ਕਿਹੜਾ ਕੀਤਾ ਪਸੰਦ ਠੀਕ ਹੈ ਪਸੰਦ ਹੈ ਕਾਰੋਬਾਰ ਸੈੱਟ ਹੋ ਜੂਗਾ ਵਧੀਆ ਚੱਲੂਗਾ ਨਾ ਸਵਾਰੀ ਬੈਠੂਗੀ ਰਿਕਸ਼ਾ ਵਾ ਸਵਾਰੀ ਹੱਸ ਕੇ ਬੈਠੂਗੀ ਹੁਣ ਤਾਂ ਚਾਰ ਪੈਸੇ ਕਮਾਓਗੇ ਹੁਣ ਤਾਂ ਸੌਖਾ ਹੋ ਗਿਆ ਚਲਾ ਕੇ ਵਿਖਾਓ ਚੱਲਦਾ ਠੀਕ ਆ ਧੰਨ ਗੁਰੂ ਰਾਮਦਾਸ ਠੀਕ ਹੈ ਜੀ ਵਧੀਆ ਉਹ ਹੌਲੀ ਹੌਲੀ ਸੈੱਟ ਹੋ ਜੂਗਾ ਹਨਾ ਉਤਰਾ ਠੀਕ ਹੈ ਵਧੀਆ ਚੱਲਦੀ ਆ ਹਲਕੀ ਹੈ ਉਹਦੇ ਨਾਲ ਤਾਂ ਵਧੀਆ ਅੱਜ ਕੱਲ੍ਹ ਘਰ ਦੇ ਖੁਸ਼ ਹੋਣਗੇ ਦੱਸਦਾ ਜੀ ਕੀ ਕਹਿੰਦੀ ਨਾਲ ਦੀ ਵਧੀਆ ਕਹਿੰਦੀ ਆ ਚਲੋ ਆਜੋ ਆਜੋ ਪੈਸੇ ਪੈਸੇ ਦੇ ਦਈਏ ਆਜੋ ਇਹ ਸਿੰਘ ਸਾਹਿਬ ਤੁਹਾਡੇ ਵਾਸਤੇ ਆਈ ਆ ਇਹ ਮਾਇਆ ਗੁਰੂ ਸਿੱਖਾਂ ਦਾ ਦਸਵੰਦ ਹੈ ਜਿਨ੍ਹਾਂ ਪਿਆਰਿਆਂ ਨੇ ਤੁਹਾਡੇ ਵਾਸਤੇ ਭੇਜੀ ਆ ਤੁਹਾਡੇ ਰਿਕਸ਼ੇ ਵਾਸਤੇ ਭੇਜੀ ਆ ਠੀਕ ਹੈ ਖਾਲਸਾ ਜੀ ਆਹ ਮਾਇਆ ਤੁਸੀਂ ਭਾਜੀ ਹੁਣਾਂ ਨੂੰ ਦੇ ਦਿਓ ਅੱਜ ਤੋਂ ਇਹ ਰਿਕਸ਼ਾ ਤੁਹਾਡਾ ਠੀਕ ਹੈ ਜੀ ਆ ਦਿਓ ਦਿਓ ਸਿੰਘ ਸਾਹਿਬ ਹੁਣਾਂ ਨੂੰ ਤੇ ਹੁਣ ਤੁਸੀਂ ਕਿਰਤ ਕਮਾਈ ਕਰਨੀ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਧੰਨਵਾਦ ਕਰਨਾ ਸਾਡਾ ਨਹੀਂ ਕਿਉਂਕਿ ਤੁਹਾਨੂੰ ਦੇਣ ਵਾਲਾ ਕੌਣ ਹੈ ਤੁਹਾਡਾ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਤੁਹਾਡੀ ਬੇਨਤੀ ਸੁਣੀ ਤੇ ਤੁਹਾਨੂੰ ਸਾਡੇ ਨਾਲ ਮਿਲਾ ਦਿੱਤਾ ਤੇ ਅੱਜ ਤੁਹਾਨੂੰ ਰਿਕਸ਼ਾ ਮਿਲ ਗਿਆ ਤੇ ਬੇਨਤੀ ਬਸ ਇਹੀ ਹੈ ਤੁਹਾਡੇ ਅੱਗੇ ਤੇ ਤੁਸੀਂ ਵੀ ਦਸਵੰਧ ਥੋੜਾ ਥੋੜਾ ਕੱਢਿਆ ਕਰੋ ਤੇ ਕਿਸੇ ਨਾ ਕਿਸੇ ਗੁਰਸਿੱਖ ਦੀ ਬਾਂਹ ਫੜਨੀ ਆਪਾਂ ਵੀ ਜਿਹੜਾ ਜਿਹਨੂੰ ਲੋੜ ਆ ਕਿਰਤ ਦੀ ਦਾਨ ਨਹੀਂ ਕਰਨਾ ਕਿਰਤ ਦੇਣੀ ਹੈ ਰੁਜ਼ਗਾਰ ਦੇਣਾ ਆਪਣੇ ਭਰਾਵਾਂ ਨੂੰ ਠੀਕ ਹੈ ਜੀ ਹੁਣ ਤੁਸੀਂ ਬਿਲਕੁਲ ਫ੍ਰੀ ਹੋ ਹੁਣ ਮੰਨਦੇ ਹੋ ਗੁਰੂ ਰਾਮਦਾਸ ਪਾਤਸ਼ਾਹ ਹੈਗੇ ਨੇ ਹੈਗੇ ਮੈਨੂੰ ਨੀ ਮੰਨਣਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੰਨਣਾ ਤੁਹਾਡਾ ਗੁਰੂ ਬੜਾ ਬੇਅੰਤ ਹੈ ਜਿਹਨੇ ਮੈਨੂੰ ਭੇਜਿਆ ਗੁਰਸਿੱਖਾਂ ਦੇ ਵਿੱਚ ਤਾਂ ਉਹ ਆਪ ਵੱਸਦਾ ਠੀਕ ਹੈ ਨਾ ਤੇ ਸੋ ਪਿਆਰੋ ਕੱਲ ਤੁਹਾਡੀ ਰੋਟੀ ਖਾਧੀ ਸੀ ਅੱਜ ਰੋਟੀ ਦੇ ਬਦਲੇ ਤੁਹਾਨੂੰ ਰਿਕਸ਼ਾ ਦਵਾ ਦਿੱਤਾ ਠੀਕ ਹੈ ਜੀ ਹੁਣ ਤੁਸੀਂ ਬਿਲਕੁਲ ਫ੍ਰੀ ਹੋ ਹੁਣ ਆਪਣੀ ਕਿਰਤ ਕਮਾਈ ਕਰੋ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਧੰਨਵਾਦ ਕਰੋ ਚੰਗਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਪਿਆਰਿਓ ਹੌਲੀ ਜਾ ਧਿਆਨ ਜਾਇਓ ਤੇ ਘਰ ਜਾ ਜਾਂਦੇ ਕੁਛ ਲੈ ਜਾਇਓ ਮਿੱਠਾ ਖਾਣ ਨੂੰ ਚੰਗਾ ਪਿਆਰਿਓ ਧੰਨਵਾਦ ਜੀ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ